ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਈਟੀਟੀ 5994 ਦਾ ਜਿਹੜਾ ਫਾਈਨਲ ਐਗਜ਼ਾਮ ਹੈ ਉਹ 5 ਮਾਰਚ ਨੂੰ ਕੰਡਕਟ ਕਰਵਾਇਆ ਗਿਆ ਸੀ ਬਟ ਪੇਪਰ ਨੂੰ ਦੇਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਜਿਹੜਾ ਪੇਪਰ ਬੀ ਸੀਗਾ ਤਾਂ ਉਹਦੇ ਵਿੱਚ ਕਾਫੀ ਕੁਸ਼ਨ ਆਪਾਂ ਨੂੰ ਆਊਟ ਆਫ ਸਿਲੇਬਸ ਦੇਖਣ ਨੂੰ ਮਿਲੇ ਸੀ ਐਂਡ ਪੇਪਰ ਜਿਹੜਾ B ਦਾ ਲੈਵਲ ਸੀ ਉਹ ਕਾਫੀ ਟਫ ਲੈਵਲ ਸੀਗਾ ਠੀਕ ਆ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਖਿਰਕਾਰ ਜਿਹੜੀ ਕੱਟ ਆਫ ਹੈ ਉਹ ਕਿੱਥੋਂ ਤੱਕ ਰਹਿਣ ਦੀ ਪੌਸਿਬਿਲਿਟੀ ਰਹੇਗੀ ਕਿਉਂਕਿ ਮੈਨੂੰ ਬਹੁਤ ਸਾਰੇ ਵਿਦਿਆਰਥੀਆਂ ਦੇ ਪਰਸਨਲ ਮੈਸੇਜ ਆਏ ਸਨ ਐਂਡ ਕਾਲ ਵੀ ਆਏ ਸਨ ਕਿ ਸਰ ਜਿਹੜੀ ਮੈਰਿਟ ਹੈ ਉਹ ਕਿੱਥੋਂ ਤੱਕ ਰਹਿਣ ਦੀ ਪੌਸਿਬਿਲਿਟੀ ਰਹਿ ਸਕਦੀ ਆ ਬਾਕੀ ਮੈਂ ਹਰੇਕ ਵਿਦਿਆਰਥੀ ਨੂੰ ਇੱਕ ਛੋਟੀ ਜੀ ਹੋਰ ਰਿਕਵੈਸਟ ਕਰਨਾ ਚਾਹੁੰਦਾ ਕਿ ਜਦੋਂ ਵੀ ਆਪਣੀ ਆਫੀਸ਼ੀਅਲ ਆਨਸਰ ਕੀ ਆਊਟ ਹੁੰਦੀ ਵੈਬਸਾਈਟ ਦੇ ਉੱਪਰ ਠੀਕ ਹੈ ਉਸ ਨੂੰ ਤੁਸੀਂ ਡਾਊਨਲੋਡ ਕਰਨਾ ਹੈ ਤਾਂ ਉਹ ਦੇ ਮੁਤਾਬਿਕ ਆਪਣੀ ਤੁਸੀਂ ਮਾਰਕਸ ਬਣਾਉਣੇ ਨੇ ਠੀਕ ਹੈ ਤੁਸੀਂ ਕਿਸੇ ਹੋਰ ਚੈਨਲ ਨੂੰ ਫੋਲੋ ਨਹੀਂ ਕਰਨਾ ਤੁਹਾਨੂੰ ਪਤਾ ਹੈ ਜੇਕਰ ਮੈਂ ਤੁਹਾਨੂੰ ਪ੍ਰੋਵਾਈਡ ਕਰਾਉਂਦਾ ਆਨਸਰ ਕੀ ਪੇਪਰ ਬੀ ਦੀ ਜੇਕਰ ਤੁਸੀਂ ਮੇਰੀ ਆਨਸਰ ਕੀ ਦੇ ਕੇ ਆਪਣੇ ਮਾਰਕਸ ਬਣਾਉਂਦੇ ਹੋ ਹੋ ਸਕਦਾ ਤੁਹਾਡਾ ਇੱਕ ਜਾਂ ਦੋ ਨੰਬਰ ਕੱਟ ਜਾਣ ਇਸ ਤੋਂ ਇਲਾਵਾ ਜੇਕਰ ਤੁਸੀਂ ਹੋਰ ਕਿਸੇ ਟੀਚਰ ਨੂੰ ਫੋਲੋ ਕਰਕੇ ਆਨਸਰ ਕੀ ਮਲਾਉਂਦੇ ਹੋ ਤਾਂ ਉੱਥੇ ਹੋ ਸਕਦਾ ਤੁਹਾਡਾ ਇੱਕ ਦੋ ਨੰਬਰ ਬਾਅਦੇ ਜਾਣ ਤਾਂ ਐਦਾਂ ਦੇ ਤੁਹਾਨੂੰ ਇਸ਼ੂ ਆਉਣਗੇ ਇਸੇ ਕਰਕੇ ਤੁਸੀਂ ਕੀ ਕਰਨਾ ਕਿਸੇ ਵੀ ਟੀਚਰ ਨੂੰ ਫੋਲੋ ਤੁਸੀਂ ਇਦਾਂ ਕਰਨਾ ਹੈ ਜਦੋਂ ਵੀ ਅਫੀਸ਼ਲ ਆਪਣੀ ਆਂਸਰ ਕੀ ਆਊਟ ਹੁੰਦੀ ਹੈ ਪੇਪਰ ਐ ਏ ਐਂਡ ਬੀ ਦੀ ਤਾਂ ਉਹਦੇ ਮੁਤਾਬਿਕ ਤੁਸੀਂ ਆਪਣੀ ਆਂਸਰ ਕੀ ਮਲਾਉਣੀ ਆ ਤਾਂ ਜਿਹੜੀ ਵੀ ਤੁਹਾਡੇ ਮਾਰਕਸ ਬਣ ਗਏ ਤਾਂ ਉਹੀ ਤੁਹਾਡਾ ਇੱਕ ਤਰ੍ਹਾਂ ਦਾ ਰਿਜ਼ਲਟ ਮੰਨਿਆ ਜਾਵੇਗਾ ਰਿਜ਼ਲਟ ਜਿਹੜਾ ਹੁੰਦਾ ਹੈ ਉਹਦੇ ਵਿੱਚ ਇੱਕ ਜਾਂ ਦੋ ਨੰਬਰ ਕੱਟ ਜਾਂ ਵਧ ਸਕਦੇ ਨੇ ਵੈਸੇ ਤੁਹਾਨੂੰ ਪਤਾ ਹੈ ਪੇਪਰ ਵਿੱਚ ਕਹਿ ਰਹੇ ਨੇ ਕਿ ਦੋ ਤੋਂ ਤਿੰਨ ਕੁਐਸਚਨ ਆਪਣੇ ਰੋਂਗ ਹੈਗੇ ਨੇ ਮੈਥ ਦੇ ਸ਼ਾਇਦ ਬਾਕੀ ਮੈਂ ਪੇਪਰ ਚੱਕ ਕੀਤਾ ਸੀ ਤਾਂ ਉਹਦੇ ਵਿੱਚ ਸਾਇੰਸ ਜਿਹੜਾ ਸਬਜੈਕਟ ਹੈ ਕਾਫੀ ਲੈਵਲ ਦਾ ਸੀਗਾ ਮੈਥ ਦੀ ਜੇਕਰ ਆਪਾਂ ਗੱਲ ਕਰੀਏ ਮੈਥ ਦਾ ਲੈਵਲ ਠੀਕ ਜਿਹਾ ਠੀ ਇਸ ਤਰ੍ਹਾਂ ਪੰਜਾਬੀ ਵੀ ਠੀਕ ਹੈ ਸੀਗੀ ਇੰਗਲਿਸ਼ ਦੀ ਇੰਗਲਿਸ਼ ਵੀ ਠੀਕ ਸੀਗੀ ਐਡ ਹਿੰਦੀ ਵੀ ਬਾਕੀ ਜੇਕਰ ਆਪਾਂ ਐਸਐਸਟੀ ਦੀ ਗੱਲ ਕਰੀ ਤਾਂ ਉਹਦੇ ਵਿੱਚ ਇੱਕ ਪ੍ਰੋਬਲਮ ਸੀਗੀ ਕਿ ਕਰੰਟ ਅਫੇਅਰਸ ਦੇ ਕੁਸ਼ਨ ਆ ਗਏ ਸੀ ਤਾਂ ਤੁਹਾਨੂੰ ਪਤਾ ਹੈ ਕਿਸੇ ਵੀ ਵਿਦਿਆਰਥੀ ਨੇ ਕਰੰਟ ਅਫੇਅਰ ਰੀਡ ਨਹੀਂ ਕੀਤੀ ਵੀ ਸੀ ਨਾ ਹੀ ਸਿਲੇਬਸ ਦੇ ਵਿੱਚ ਮੈਂਸ਼ਨ ਸੀਗੀ ਜੇਕਰ ਸਿਲੇਬਸ ਵਿੱਚ ਮੈਂਸ਼ਨ ਕੀਤਾ ਹੁੰਦਾ ਤਾਂ ਫਿਰ ਵਿਦਿਆਰਥੀ ਨੇ ਕਰੰਟ ਅਫੇਅਰ ਤੇ ਵੀ ਫੋਕਸ ਕਰਨਾ ਸੀ ਬਟ ਗਲਤ ਗੱਲ ਹੈ ਕਿ ਕਰੰਟ ਅਫੇਅਰ ਜਿਹੜੀ ਆ ਗਈ ਸੀ ਪੇਪਰ ਵਿੱਚ ਨਹੀਂ ਆਉਣੀ ਚਾਹੀਦੀ ਸੀ ਇਹ ਤੁਹਾਨੂੰ ਵੀ ਪਤਾ ਹੈ ਕਿਉਂਕਿ ਸਿਲੇਬਸ ਅਕੋਰਡਿੰਗ ਕਰੰਟ ਅਫੇਅਰ ਮੈਂਸ਼ਨ ਨਹੀਂ ਕੀਤੀ ਗਈ ਸੀ ਇਸ ਕਰਕੇ ਕਰੰਟ ਅਫੇਅਰ ਦੇ ਤੁਹਾਨੂੰ ਪਤਾ ਹੈ 8 ਤੋਂ 9 ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲੇ ਸੀਗੇ ਠੀਕ ਹੈ ਹੁਣ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਕਿ ਇਹਦੀ ਜਿਹੜੀ ਕੱਟ ਆਫ ਹੈ ਉਹ ਕਿੱਥੋਂ ਤੱਕ ਰਹਿ ਸਕਦੀ ਹੈ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਇੱਥੇ ਤੁਸੀਂ ਸਾਰੇ ਵਿਦਿਆਰਥੀ ਦੇਖੋ ਮੈਂ ਇੱਕ ਦਿਨ ਪਹਿਲਾਂ ਮੈਂਸ਼ਨ ਕੀਤਾ ਸੀ ਕਿ ETT 5994 ਪੇਪਰ B ਸਬਜੈਕਟ ਟੈਸਟ ਤੁਹਾਡੇ ਕਿੰਨੇ ਨੰਬਰ ਬਣੇ ਹਨ ਤਾਂ ਇਹਦੀ ਰਿਕਾਰਡਿੰਗ ਤੁਸੀਂ ਪੋਲ ਕਰਨਾ ਸੀ ਠੀਕ ਹੈ ਪੇਪਰ A ਜਿਹੜਾ ਹੈ ਉਹ ਤੁਹਾਨੂੰ ਪਤਾ ਹੈ ਬਹੁਤ ਸਿੰਪਲ ਸੀ ਸਿਲੇਬਸ ਅਕੋਰਡਿੰਗ ਹਰੇਕ ਕੁਸ਼ਨ ਆਪਾਂ ਨੂੰ ਦੇਖਣ ਨੂੰ ਮਿਲੇ ਸੀ ਇਸ ਕਰਕੇ ਜਿਹੜਾ ਵੀ ਵਿਦਿਆਰਥੀ ਮਿਹਨਤ ਕਰਕੇ ਗਿਆ ਸੀ ਪੇਪਰ ਦੇ ਵਿੱਚ ਤਾਂ ਉਹਦਾ ਪੇਪਰ A ਜਿਹੜਾ ਹੈ ਉਹ ਕੁਆਲੀਫਾਈ ਹੋ ਚੁੱਕਿਆ ਠੀਕ ਹੈ ਪੇਪਰ A ਵਿੱਚ ਕਿਸੇ ਵੀ ਬੱਚੇ ਨੂੰ ਪ੍ਰੋਬਲਮ ਨਹੀਂ ਆਈ ਜਿਹੜੇ ਵਿਦਿਆਰਥੀ ਨੇ ਮਿਹਨਤ ਕੀਤੀ ਵੀ ਸੀ ਬਟ ਜਿਹੜਾ ਵਿਦਆਊਟ ਮਿਹਨਤ ਗਿਆ ਤਾਂ ਉਹਨੂੰ ਹੁਣ ਜੇਕਰ ਆਪਾਂ ਗੱਲ ਕਰੀਏ ਇੱਥੇ ਅਤੇ ਤੁਸੀਂ ਦੇਖੋ ਧਿਆਨ ਨਾਲ ਇਹਦੇ ਵਿੱਚ 3800 ਵਿਦਿਆਰਥੀਆਂ ਨੇ ਲਗਭਗ ਵੋਟ ਦਿੱਤੀ ਆ ਮੰਨ ਕੇ ਚੱਲੋ ਤੁਹਾਨੂੰ 4000 ਇੱਕ ਮਿੰਟ ਹਾਂਜੀ 4000 ਵਿਦਿਆਰਥੀਆਂ ਨੇ ਠੀਕ ਹੈ ਇਸ ਪੋਲ ਦੇ ਵਿੱਚ ਆਪਣੀ ਵੋਟ ਕੀਤੀ ਤਾਂ ਤੁਸੀਂ ਇੱਥੇ ਧਿਆਨ ਨਾਲ ਦੇਖੋ 60 ਪਲੱਸ ਨੰਬਰ ਜਿਹੜੇ ਹਨ ਉਹ ਸਿਰਫ 20% ਵਿਦਿਆਰਥੀਆਂ ਨੇ 70 ਪਲੱਸ 13 50 39% 75 14% ਤੇ 45 15% ਠੀਕ ਹੈ ਤਾਂ ਇੱਥੇ ਤੁਸੀਂ ਧਿਆਨ ਦੇ ਨਾਲ ਦੇਖੋ ਜੇਕਰ ਆਪਾਂ ਨੰਬਰਾਂ ਦੀ ਗੱਲ ਕਰੀਏ ਤਾਂ 50 ਠੀਕ ਹੈ 50 ਨੰਬਰ ਵਾਲੇ ਵਿਦਿਆਰਥੀ ਲਗਭਗ 40% ਹਨ ਠੀਕ ਹੈ 40% ਕਿੰਨੇ 40% ਹਨ ਆਪਣੇ ਵਿਦਿਆਰਥੀ ਲਗਭਗ ਜਿਨ੍ਹਾਂ ਦੇ 50 ਨੰਬਰ ਬੰਦੇ ਨੇ ਯਾਨੀ ਕਿ ਜਿਨ੍ਹਾਂ ਦੇ 50 ਪਲੱਸ ਬੰਦੇ ਨੇ ਹੋ ਸਕਦਾ ਉਹਨਾਂ ਦੇ 52 ਨੰਬਰ ਹੋਣ ਹੋ ਸਕਦਾ ਉਹਨਾਂ ਦੇ 53 ਨੰਬਰ ਹੋਣ ਹੋ ਸਕਦਾ ਉਹਨਾਂ ਦੇ 54 55 ਜਾਂ 56 ਨੰਬਰ ਹੋਣ ਠੀਕ ਹੈ ਬਾਕੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ 50 ਪਲੱਸ ਨੰਬਰ ਬੰਨ ਰਹੇ ਹਨ 39% ਜਾਂ 40% ਵਿਦਿਆਰਥੀਆਂ ਦੇ ਤਾਂ ਇਥੋਂ ਇੱਕ ਆਪਾਂ ਆਈਡੀਆ ਲਗਾ ਸਕਦੇ ਹਾਂ ਠੀਕ ਹੈ ਇਹ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਐਕਸਪੈਕਟਿਡ ਜਿਹੜੀ ਕੱਟ-ਆਫ ਦੀ ਗੱਲ ਕਰ ਰਹੇ ਆ ਠੀਕ ਹੈ ਸ਼ੋਰ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਤਾਂ ਇੱਥੋਂ ਆਪਾਂ ਇੱਕ ਆਈਡੀਆ ਲਗਾ ਸਕਦੇ ਆ ਕਿ ਜਿਹੜੀ ਕੱਟ-ਆਫ ਹੈ ਉਹ 50 ਤੱਕ ਰਹੇਗੀ ਠੀਕ ਹੈ 50 ਤੱਕ ਰਹੇਗੀ 50 ਕਿੱਦਾਂ ਰਹੇਗੀ ਸਪੋਜ਼ ਕਰੋ ਤੁਹਾਡੀ ਕੈਟਾਗਰੀ ਹੈਗੀ ਹੈ ਜਨਰਲ ਤਾਂ ਇਹਦੇ ਵਿੱਚ ਤੁਸੀਂ 4 ਤੋਂ 5 ਨੰਬਰ ਹੋਰ ਐਡ ਕਰ ਦੋ ਠੀਕ ਹੈ ਸਪੋਜ਼ ਕਰੋ ਤੁਹਾਡੀ ਕੈਟਾਗਰੀ ਹੈਗੀ ਹੈ BC ਤਾਂ ਉਹਦੇ ਵਿੱਚ 3 ਤੋਂ 4 ਨੰਬਰ ਤੁਸੀਂ ਐਡ ਹੋਰ ਕਰ ਦੇਣੇ ਨੇ ਠੀਕ ਹੈ ਪੰਜਾਬ ਪਲੱਸ ਜਿਹੜੀ ਆ ਕੱਟ-ਆਫ ਰਹਿਣ ਦੀ ਪੌਸਿਬਿਲਿਟੀ ਰਹੇਗੀ ਜੇਕਰ ਤੁਹਾਡੀ ਕੈਟਾਗਰੀ ਹੈਗੀ ਐਸਸੀ ਤਾਂ ਇਹਦੇ ਵਿੱਚ ਤੁਸੀਂ ਇੱਕ ਤੋਂ ਦੋ ਨੰਬਰ ਹੋਰ ਐਡ ਕਰ ਦੋ ਇਸ ਤੋਂ ਬਾਅਦ ਜੇਕਰ ਆਪਾਂ ਹੋਰਾਂ ਕੈਟਾਗਰੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਾਰ ਹੀ ਮੈਰਿਟ ਰਹੇਗੀ ਯਾਨੀ ਕਿ 50 ਤੋਂ ਠੀਕ ਹੈ 50 ਤੋਂ 55 ਦੇ ਵਿਚਕਾਰ ਆਪਣੀ ਮੈਰਿਟ ਰਹਿਣ ਦੀ ਪੌਸਿਬਿਲਿਟੀ ਰਹੇਗੀ ਯਾਨੀ ਕਿ ਇੱਥੇ ਮੈਂ ਕੋਸ਼ਣਾ ਦੀ ਗੱਲ ਕਰ ਰਿਹਾ ਯਾਨੀ ਕਿ ਜਿਹੜੇ ਵਿਦਿਆਰਥੀ ਦੇ 50 ਐਂਡ 50 ਦੇ ਵਿਚਕਾਰ ਕੋਸ਼ਣ ਬਿਲਕੁਲ ਸਹੀ ਨੇ ਤਾਂ ਉਹ ਸੇਫ ਜ਼ੋਨ ਦੇ ਵਿੱਚ ਨੇ ਠੀਕ ਹੈ ਜਾਨੀ ਕਿ ਉਹਨਾਂ ਦੇ ਸੇਫ ਸਕੋਰ ਹੈਗੇ ਨੇ ਬਟ ਇਹਦੇ ਵਿੱਚੋਂ ਆਪਣੇ 1 2 ਨੰਬਰ ਕੱਟ ਵੀ ਸਕਦੇ ਨੇ ਐਡ 1 2 ਨੰਬਰ ਵਾ ਦੇ ਸਕਦੇ ਨੇ ਇੱਥੇ ਮੈਂ ਓਨਲੀ ਐਕਸਪੈਕਟਡ ਕੱਟ-ਆਫ ਦੀ ਗੱਲ ਕਰ ਰਿਹਾ ਬਟ ਜੇਕਰ ਆਪਾਂ ਗੱਲ ਕਰੀਏ ਐਸਆਰਓ ਵਾਲੇ ਜਿਹੜੇ ਵਿਦਿਆਰਥੀ ਹਨ ਜਿਨ੍ਹਾਂ ਦੇ ਵੀ ਮੈਨੂੰ ਕਾਲ ਆਈ ਹੈ ਤਾਂ ਉਹਨਾਂ ਦੇ ਲਗਭਗ 50 ਦੇ ਕਰੀਬ ਮਾਰਕਸ ਬਣ ਰਹੇ ਹਨ ਠੀਕ ਹੈ ਇਸ ਤੋਂ ਇਲਾਵਾ ਜੰਨਾ ਕੈਟਾਗਰੀ ਦੇ ਵੀ ਕੁਝ ਵਿਦਿਆਰਥੀ ਹਨ ਜਿਨ੍ਹਾਂ ਦੇ ਮਾਰਕਸ 50 ਬਣ ਰਹੇ ਹਨ 50 ਕਿਉਂ ਬਣ ਰਹੇ ਨੇ ਇਹੀ ਮਤਲਬ ਰੀਜ਼ਨ ਦੱਸਦਾ ਕਿ ਨੰਬਰ ਸਾਰੇ ਵਿਦਿਆਰਥੀਆਂ ਦੇ ਕਿਉਂ ਕੱਟ ਬਣੇ ਨੇ ਕਿਉਂਕਿ 8 ਤੋਂ 9 ਕੁਐਸਚਨ ਕਰੰਟ ਅਫੇਅਰਸ ਦੇ ਸੀਗੇ ਠੀਕ ਹੈ ਜਿਹੜਾ ਵੀ ਵਿਦਿਆਰਥੀ ਹੋਰ ਕੰਪੀਟੀਟਿਵ ਇਗਜ਼ਾਮ ਦੀ ਨਾਲ ਤਿਆਰੀ ਕਰ ਰਿਹਾ ਸੀ ਹੋ ਸਕਦਾ ਹੈ ਉਸ ਵਿਦਿਆਰਥੀ ਨੂੰ ਉਹ ਬੜੇ ਕੁਐਸਚਨ ਆਉਂਦੇ ਹੋਣ ਬਟ ਜਿਹੜਾ ਵਿਦਿਆਰਥੀ ਸਿਰਫ ਈਟੀਟੀ ਦੇ ਪੇਪਰ ਨੂੰ ਟਾਰਗੇਟ ਰੱਖ ਕੇ ਤਿਆਰੀ ਕਰ ਰਿਹਾ ਸੀ ਹੋ ਸਕਦਾ ਉਹਨੂੰ ਉਹਨਾਂ ਕੁਐਸਚਨਾਂ ਦਾ ਅੰਦਾਜ਼ਾ ਨਾ ਪਤਾ ਹੋਣ ਇਸ ਤਰ੍ਹਾਂ ਆਪਣੇ 2 ਤੋਂ 3 ਜਿਹੜੇ ਕੁਐਸਚਨ ਸਨ ਉਹ ਰੋਂਗ ਸੀ ਠੀਕ ਹੈ ਹੁਣ ਵਿਦਿਆਰਥੀਆਂ ਤੋਂ ਮੈਨੂੰ ਕਹਿਣਾ ਹੈ ਕਿ ਸਾਰ ਗ੍ਰੇਸ ਮਿਲੇਗੀ ਠੀਕ ਹੈ ਗ੍ਰੇਸ ਨਾਲ ਸਾਡੇ ਨੰਬਰ ਗੇਨ ਹੋਣ ਚੰਗੇ ਬਟ ਗ੍ਰੇਸ ਦਾ मीनिंग ਹੁੰਦਾ ਰੇਕ ਵਿਦਿਆਰਥੀ ਵਾਸਤੇ ਇਕੁਅਲ ਠੀਕ ਹੈ ਮੰਨ ਲਓ 100 ਨੰਬਰ ਦਾ ਪੇਪਰ ਆਪਣਾ ਹੈਗਾ ਠੀਕ ਹੈ 100 ਨੰਬਰ ਦਾ ਪੇਪਰ ਹੈਗਾ ਤੁਹਾਨੂੰ 3 ਨੰਬਰ ਦੀ ਗ੍ਰੇਸ ਵੀ ਮਿਲਦੀ ਤਾਂ ਉਹ ਹਰੇਕ ਵਿਦਿਆਰਥੀ ਵਾਸਤੇ ਗ੍ਰੇਸ ਹੋਵੇਗੀ ਮੈਰਿਟ ਤੁਹਾਡੀ 97 ਨੰਬਰ ਵਿੱਚੋਂ ਹੀ ਬਣੇਗੀ ਇਹ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਹੈ ਤਾਂ ਗ੍ਰੇਸ ਤਾਂ ਕੋਈ ਤੁੱਕ ਨਹੀਂ ਬਣਦੀ ਜਿੰਨੇ ਵੀ ਤੁਹਾਡੇ ਨੰਬਰ ਬਣ ਰਹੇ ਨੇ ਵਿਦਆਊਟ ਗ੍ਰੇਸ ਉਹੀ ਤੁਹਾਡੇ ਅਸਲੀ ਨੰਬਰ ਹੈਗੇ ਨੇ ਆ ਇਹ ਸੀਗੀ ਇੱਕ ਇਨਫੋਰਮੇਸ਼ਨ ਬਾਕੀ ਕਿਸੇ ਵੀ ਵਿਦਿਆਰਥੀ ਦਾ ਜੇਕਰ ਕੋਈ ਹੋਰ ਡਾਊਟ ਹੋਵੇ ਤਾਂ ਤੁਸੀਂ ਮਾਨੂੰ ਕਮੈਂਟ ਬਾਕਸ ਵਿੱਚ ਪੁੱਛਣਾ ਹੈ ਉੱਥੇ ਤੁਹਾਡਾ ਜਰੂਰ ਜਵਾਬ ਦੇ ਦਿੱਤਾ ਜਾਵੇਗਾ ਬਾਕੀ ਇੱਕ ਹੋਰ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਵੀ ਵਿਦਿਆਰਥੀ ਨੇ ਪਰੇਸ਼ਾਨ ਨਹੀਂ ਹੋਣਾ ਜਦੋਂ ਵੀ ਆਪਣੀ ਅਫੀਸ਼ੀਅਲ ਆਨਸਰ ਕੀ ਆਉਂਦੀ ਹੈ ਤਾਂ ਉਹਦੇ ਮੁਤਾਬਿਕ ਤੁਸੀਂ ਨੰਬਰ ਬਣਾਉਣੇ ਨੇ ਠੀਕ ਹੈ ਨੰਬਰ ਜਦੋਂ ਬਣ ਜਾਣਗੇ ਹੋ ਸਕਦਾ ਜਲਦੀ ਰਿਜ਼ਲਟ ਵੀ ਇਸ ਤਰ੍ਹਾਂ ਆਊਟ ਕਰ ਦਿੱਤਾ ਜਾਵੇ ਪਰੇਸ਼ਾਨੀ ਵਾਲੀ ਕੋਈ ਵੀ ਗੱਲ ਨਹੀਂ ਹੈ ਤੁਹਾਡੇ ਇਹਦੇ ਵਿੱਚੋਂ 90 ਵਿੱਚੋਂ ਇੱਕ ਤਰ੍ਹਾਂ ਦੇ ਨੰਬਰ ਆਪਾਂ ਕਹਿ ਸਕਦੇ ਹਾਂ ਠੀਕ ਹੈ 90 ਕੋਸ਼ਣਾ ਵਿੱਚੋਂ ਤੁਸੀਂ ਸਹੀ ਕੁਐਸ਼ਨ ਕੀਤੇ ਨੇ ਕਿਉਂਕਿ 8 9 9 ਤਾਂ ਆਪਣੇ ਕੁਐਸ਼ਨ ਸੀਗੇ ਕਰੰਟ ਅਫੇਅਰ ਦੇ ਇਸ ਤਰ੍ਹਾਂ ਬਈ 2 3 ਕੁਐਸ਼ਨ ਜਿਹੜੇ ਆਪਣੇ ਸੀਗੇ ਉਹ ਰੋਂਗ ਸੀ ਤਾਂ ਇੱਕ ਸਾਫ ਤੇ ਤੁਸੀਂ 90 ਕੁਐਸ਼ਨਾਂ ਵਿੱਚ ਤੁਹਾਡੇ ਕਿੰਨੇ ਕੁਐਸ਼ਨ ਸਹੀ ਗਏ ਨੇ ਤਾਂ ਉਹ ਦੇ ਮੁਤਾਬਿਕ ਇੱਕ ਜਿਹੜੀ ਆ ਮੈਰਿਟ ਆਪਣੀ ਹੋਵੇਗੀ ਇਸ ਤਰ੍ਹਾਂ ਬਈ ਜੇਕਰ ਕਿਸੇ ਹੋਰ ਵਿਦਿਆਰਥੀ ਦਾ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛਣਾ ਉੱਥੇ ਤੁਹਾਡਾ ਜਰੂਰ ਜਵਾਬ ਦਿੱਤਾ ਜਾਵੇਗਾ ਤਾਂ ਇੱਥੇ ਤੁਸੀਂ ਪੋਲ ਵੀ ਦੇਖ ਸਕਦੇ ਜੀ ਠੀਕ ਹੈ ਤਾਂ ਇਹ ਸੀਗੀ ਕਨਫਰਮੇਸ਼ਨ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚੋਂ ਥੈਂਕ ਯੂ